ਇਸ ਤੋਂ ਇਲਾਵਾ ਨਹਿਰ ਮੇਂ ਵਿਜੋ ਕੇ ਸੈਫਨ ਕੇ ਸਮੀਪ ਇੱਕ ਗਾੜੀ ਮੇਂ ਅਗਿਆਤ ਮੋਟਰਸਾਈਕਲ ਸਵਾਰਾਂ ਦੁਆਰਾ ਗੋਲੀ ਚਲਾਣੇ ਕਾ ਸੰਦਿਗਧ ਮਾਮਲੇ ਕੀ ਘਟਨਾ ਸੇ ਆਜ ਸ਼ਾਮ ਕਰੀਬ 7:45 ਕੇ ਕਰੀਬ ਤਣਾਅਪੂਰਨ ਹੋ ਗਿਆ, ਜਿਸ ਕੀ ਸੂਚਨਾ ਮਿਲਤੇ ਹੀ DSP ਗੜਸ਼ੰਕਰ ਪਰਵਿੰਦਰ ਸਿੰਘ ਔਰ ਥਾਣਾ ਮੁਖੀ ਮਾਲ ਪਰ ਆਪਣੀ ਟੀਮ ਕੇ ਸਾਥ ਘਟਨਾ ਸਥਲ ਪਹੁੰਚ ਗਏ, ਜਬਕਿ ਪੁਲਿਸ ਚੌਂਕੀ ਕੋਟਪੁਤਲੀ ਕੀ ਟੀਮ ਪਹਿਲੇ ਪਹੁੰਚ ਕਰ ਜਾਂਚ ਮੇਂ ਲੱਗ ਗਈ। ਘਟਨਾ ਸਥਲ ਪਰ ਗਾੜੀ ਕੇ ਮਾਲਕ ਬਾਬਾ ਰਮੇਸ਼ ਸਿੰਘ ਜੀ ਨੇ ਬਤਾਇਆ ਕਿ ਵੇ ਆਪਣੀ ਗਾੜੀ ਮੇਂ ਪੰਡੋਰੀ ਲੱਡਾ ਸੇ ਕੋਟਪੁਤਲੀ ਆ ਰਹੇ ਥੇ, ਜੈਸੇ ਵੇ ਗਾਂਵ ਬੀਜੋ ਕੇ ਸੇਫਨ ਕੇ ਸਮੀਪ ਪਹੁੰਚੇ ਤੋ ਵਿਪਰੀਤ ਦਿਸ਼ਾ ਸੇ ਆ ਰਹੇ ਦੋ ਮੋਟਰਸਾਈਕਲ ਸਵਾਲੋਂ ਕੀ ਔਰ ਸੇ ਉਨਕੀ ਗਾੜੀ ਕੇ ਪਾਸ ਆਕਰ ਹੱਥ ਉਠਾਇਆ, ਜੈਸੇ ਹੀ ਉਹਨਾਂ ਨੇ ਦੇਖਾ ਤੋ ਧਮਾਕਾ ਸਾ ਹੁਆ, ਉਹਨਾਂ ਨੇ ਗਾੜੀ ਕੀ ਸਪੀਡ ਧੀਮੀ ਕਰਕੇ ਜਬ ਤੱਕ ਗਾੜੀ ਰੁਕੀ ਤਬ ਤੱਕ ਮੋਟਰਸਾਈਕਲ ਸਵਾਰ ਵਹਾਂ ਸੇ ਨਿਕਲ ਚੁੱਕੇ ਥੇ ਔਰ ਆਗੇ ਜਾ ਕੇ ਉਹਨੇ ਪਿੱਛੇ ਦੇਖ ਕਰ ਪਏ ਫਿਰ ਨਿਕਲ ਗਏ। ਘਟਨਾ ਸਥਲ ਪਰ ਪਹੁੰਚ ਕਰ ਅਧਿਕਾਰੀਆਂ ਨੇ ਕਿਹਾ ਕਿ ਜੇ ਸੂਚਨਾ ਮਿਲਤੇ ਘਟਨਾ ਸਥਲ ਪਰ ਪਹੁੰਚ ਗਏ ਥੇ ਔਰ ਵੇ ਘਟਨਾ ਕੀ ਜਾਂਚ ਕਰ ਰਹੇ ਹੈ, ਗਾੜੀ ਉਹਨਾਂ ਨੇ ਕਬਜ਼ੇ ਮੇਂ ਲੈ ਲਈ, ਜਿਸੇ ਕੱਲ੍ਹ ਜਾਂਚ ਕਰੀਏ ਭੇਜਾ ਜਾਏਗਾ, ਜੋ ਵੀ ਮਹਿਰੋਂ ਕੀ ਰਿਪੋਰਟ ਆਏਗੀ ਉਸੇ ਕਾਨੂੰਨੀ ਕਾਰਵਾਈ ਕੀ ਜਾਏਗੀ। ਪੰਡੋਰੀ ਲੱਦਾ ਸਿੰਘ ਜੀ, ਅਸੀਂ ਪਿੰਡੋਂ ਆਉਂਦੇ ਸੀ ਪੰਡੋਰੀ ਤੋਂ ਜੀ, ਔਰ ਨਹਿਰੇ ਚੜ੍ਹੇ ਹਾਂ, ਇੱਥੇ ਕੁ ਪਿੱਛੇ ਆਏ ਹਾਂ ਤਾਂ ਮੂਹਰਿਓਂ ਦੋ ਮੋਟਰਸਾਈਕਲ ਵਾਲੇ ਆਏ ਆ, ਉਹਨਾਂ ਨੇ ਬਰਾਬਰ 'ਤੇ ਆ ਕੇ ਹੱਥ ਇਸ ਤਰ੍ਹਾਂ ਉੱਪਰ ਨੂੰ ਉਠਾਇਆ, ਤੇਜ਼ਾਂ ਨੂੰ ਕੱਢ ਜਾਣੀ ਹੋ ਗਈ, ਅਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਵੀ ਗੋਲੀ ਚੱਲ ਗਈ ਆ ਅਤੇ ਬਚਾਅ ਹੋ ਗਿਆ, ਗੱਡੀ ਰੋਕੀ ਆ, ਫਿਰ ਜਦੋਂ ਅਸੀਂ ਉੱਤਰ ਕੇ ਦੇਖਿਆ ਉਹ ਪਿੱਛਾ ਮੁੜ ਕੇ ਦੇਖਦੇ ਸੀ, ਜਦੋਂ ਦੇਖਿਆ ਵੀ ਬੰਦਾ ਤਾਂ ਸਾਬਤ ਸਬੂਤ ਨਿਕਲਿਆ ਬਾਹਰ, ਫਿਰ ਉਹਨੂੰ ਭੱਜ ਲਿਆ ਸਪੀਡਾਂ। ਗੱਡੀ 'ਚ ਕਿੰਨੇ ਜਣੇ ਸੀ? ਦੋ ਜਣੇ ਸੀਗੇ। ਅਤੇ ਉਹ ਮੋਟਰਸਾਈਕਲ 'ਤੇ ਸੀ? ਉਹ ਦੋ ਜਣੇ ਸੀ, ਹਾਂ ਮੋਟਰਸਾਈਕਲ 'ਤੇ ਸੀ। ਅਤੇ ਉਹ ਕ੍ਰੋਸ ਕਰ ਗਏ? ਕ੍ਰੋਸ ਕਰ ਗਏ, ਉਹ ਆ ਕੇ ਬਰਾਬਰ ਤੇਜ਼ ਨਹੀਂ ਮਾਰਿਆ, ਜਿੱਦਾਂ ਮੂਹਰੇ ਸਾਹਮਣੇ ਨਹੀਂ ਮਾਰਿਆ, ਬਰਾਬਰ ਤੋਂ ਆ ਕੇ ਮਾਰਿਆ ਜਿੱਦਾਂ, ਤਾਂ ਫਿਰ ਜਿਹੜਾ ਸੀ ਵੀ ਮਤਲਬ ਅਸੀਂ ਗੱਡੀ ਹੌਲੀ ਹੌਲੀ ਰੋਕ ਲਈ ਆ, ਹਿਸਾਬ ਨਾਲ ਕੰਟਰੋਲ 'ਚ ਹੋ ਗਏ, ਅਤੇ ਫਿਰ ਅਸੀਂ ਪੁਲਿਸ ਨੂੰ ਜਿਹੜਾ ਫੋਨ ਕੀਤਾ। ਹਾਂਜੀ ਹਾਂਜੀ, ਤਾਂ ਇਸ ਤਰ੍ਹਾਂ ਜਿਹੜਾ ਇਹ ਹੁਣ ਪੁਲਿਸ ਮੌਕੇ 'ਤੇ ਆ ਗਈ, ਪੁਲਿਸ ਮੌਕੇ 'ਤੇ ਆ ਗਈ ਆ, 20 ਮਿੰਟ ਬਾਅਦ ਜਿਹੜਾ ਉਹ ਆਏ ਹੈਗੇ ਆ, ਬਾਕੀ ਦੇਖ ਦੇ ਪਏ ਆ ਜਿੱਦਾਂ ਗੱਲ ਹੈਗੀ ਆ। ਹਾਂਜੀ ਹਾਂਜੀ, ਇਹ ਜਿਹੜੀ ਘਟਨਾ ਹੋਈ ਆ ਵਿਸ ਦੁਆਬ ਨਹਿਰ 'ਤੇ, ਇਹ ਕੀ ਘਟਨਾ? ਇਹ ਸਾਨੂੰ ਸੂਚਨਾ ਮਿਲੀ ਸੀਗੀ ਵੀ ਜਿਹੜੇ ਰਮੇਸ਼ ਸਿੰਘ ਜੀ ਆ ਪੰਡੋਰੀ ਲੱਦਾ ਸਿੰਘ ਤੋਂ, ਕਿ ਇਹ ਪੰਡੋਰੀ ਲੱਦਾ ਸਿੰਘ ਤੋਂ ਆਪਣੇ ਕੋਟਪੁਤਲੀ ਨੂੰ ਜਾ ਰਹੇ ਸੀ ਕੁਝ ਸਮਾਂ ਪਹਿਲਾਂ, ਅਤੇ ਇੱਕ ਮੋਟਰਸਾਈਕਲ ਇਹਨਾਂ ਦੇ ਕਹਿਣ ਅਨੁਸਾਰ ਕੋਟਪੁਤਲੀ ਤੋਂ ਇਹਨਾਂ ਦੇ ਦੂਸਰੀ ਸਾਈਡ ਨੂੰ ਜਾ ਰਿਹਾ ਸੀ, ਬਟ ਅਚਾਨਕ ਇਹਨਾਂ ਨੂੰ ਉੱਤੇ ਹਿੱਟ ਹੋਣ ਦੀ ਆਵਾਜ਼ ਸੁਣਾਈ ਦਿੱਤੀ ਆ ਕੋਈ ਸ਼ੀਸ਼ੇ ਦੇ ਉੱਪਰ, ਅਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਕਾਹਦੀ ਆਵਾਜ਼ ਆ, ਇਹਨਾਂ ਨੂੰ ਸਸਪੀਸ਼ੀਅਸ ਆ ਵੀ ਹੋ ਸਕਦਾ ਕਿਸੇ ਨੇ ਜਿੱਦਾਂ ਫਾਇਰ ਕੀਤਾ ਹੋਵੇ ਜਾਂ ਵੱਟਾ ਵੱਜਾ ਹੋਵੇ, ਇਹਦੀ ਅਸੀਂ ਜਿਹੜੀ ਕਾਰ ਆ ਉਹ ਕਬਜ਼ੇ 'ਚ ਲੈ ਕੇ FSO ਜਿਹੜੀ ਜਾਂਚ ਕਰਾ ਕੇ ਫਿਰ ਅਗਲੀ ਕਾਰਵਾਈ ਜਿਹੜੀ ਉਹਨਾਂ 'ਚ ਲਿਆ।